ਵੀ ਭੈਣ ਕੀ ਬਿਮਾਰੀ ਦੇ ਚੱਲਦਿਆਂ ਅੱਜ ਪਿੰਡ ਆਲੋਵਰਖ ਵਿਖੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਆਲੇ ਦੁਆਲੇ ਨਾਕੇ ਲਗਾਏ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਹ ਨਾਕਾ ਲਗਾਇਆ ਜਾਂਦਾ ਅਤੇ ਪਿੰਡ ਵਿੱਚ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਪਿੰਡ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਨਾ ਹੀ ਪਿੰਡ ਦੇ ਕਿਸੇ ਵਿਅਕਤੀ ਨੂੰ ਬਿਨਾਂ ਕਿਸੇ ਕੰਮ ਤੋਂ ਬਾਹਰ ਜਾਣ ਦਿੱਤਾ ਜਾਂਦਾ। ਜੇਕਰ ਕਿਸੇ ਨੂੰ ਜ਼ਿਆਦਾ ਜ਼ਰੂਰੀ ਕੰਮ ਪੈਂਦਾ ਹੈ ਜਾਂ ਕੋਈ ਐਮਰਜੈਂਸੀ ਹੈ ਤਾਂ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੇ ਬਾਹਰ ਜਾਣ ਲਈ ਮਨਜ਼ੂਰੀ ਲੈਣੀ ਪੈਂਦੀ ਹੈ ਅਤੇ ਨਾਲ ਹੀ ਪਿੰਡ ਵਾਸੀਆਂ ਵੱਲੋਂ ਲੋਕਾਂ ਨੂੰ ਸੈਨੇਟਾਈਜ਼ਰ ਨਾਲ ਵੀ ਸੁਚੇਤ ਕੀਤਾ ਜਾ ਰਿਹਾ ਅਤੇ ਪਿੰਡ ਵਾਸੀਆਂ ਦੁਆਰਾ ਪਿੰਡ ਦੇ ਚਾਰੋਂ ਪਾਸੇ ਨਾਕਾਬੰਦੀ ਕੀਤੀ ਹੋਈ ਹੈ। ਅਤੇ ਇਸ ਮੌਕੇ 'ਤੇ ਲਾਲ ਚੰਦ ਮੈਂਬਰ ਰੋਹਿਤ ਕੁਮਾਰ, ਡਾਕਟਰ ਜੀਵਨ ਸਤਿਗੁਰ ਸਿੰਘ, ਗੁਰਸੇਵਕ ਸਿੰਘ, ਹਰਦੀਪ ਸਿੰਘ ਸਤਿਗੁਰ ਸਿੰਘ, ਕੁਲਦੀਪ ਸਿੰਘ, ਅਜੈਬ ਸਿੰਘ, ਪੰਚ ਹਾਕਮ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ। TAT ਨਿਊਜ਼ ਲਈ ਜਸਵਿੰਦਰ ਕੌਰ ਅਤੇ ਪ੍ਰਵੀਨ ਭਾਣੀਗੜ ਦੀ ਖਾਸ ਰਿਪੋਰਟ। ਤੁਹਾਡਾ ਨਾਮ? ਮੇਰਾ ਨਾਮ ਡਾਕਟਰ ਜੀਵਨ ਸਿੰਘ, RMP ਜੀ। ਕਿਹੜਾ ਪਿੰਡ ਹੈ? ਆਲੋਰਖ। ਆਲੋਰਖ ਦੇ ਵਿੱਚ ਇਹ ਤੁਸੀਂ ਨਾਕਾ ਲਗਾਇਆ ਹੈ ਨਾ, ਅਤੇ ਇਹ ਨਾਕਾ ਤੁਸੀਂ ਇੱਥੇ, ਇਹ ਤੁਹਾਡੇ ਮੇਨ ਰੋਡ ਆ? ਮੇਨ ਰੋਡ ਪੈਂਦਾ ਹੈ ਜੀ। ਅਤੇ ਅਸੀਂ ਲੋਕਾਂ ਦੀ ਸੇਫਟੀ ਲਈ, ਅਸੀਂ ਆਪਣੇ ਪਿੰਡ ਦੀ ਸੇਫਟੀ ਲਈ ਲਗਾਇਆ ਤਾਂ ਕਿ ਪਿੰਡੋਂ ਦਾ ਕੋਈ ਬੰਦਾ ਬਾਹਰਲਾ ਬੰਦਾ ਕੋਈ ਪਿੰਡ ਦੇ ਵਿੱਚ ਐਂਟਰ ਨਾ ਹੋਵੇ ਜੀ। ਅਤੇ ਜਿਹੜੇ ਤੁਹਾਡੇ ਆ ਬਾਹਰ ਇੱਦਾਂ ਹੀ ਫਿਰ ਰਹੇ ਨੇਗੇ, ਕਈ ਦੇਖਣ ਦੇ ਵਿੱਚ ਆ ਰਿਹਾ ਕਿ ਕਿਸੇ ਦੇ ਮਾਸਕ ਵਗੈਰਾ ਵੀ ਨਹੀਂ ਲੱਗਿਆ ਹੋਇਆ, ਅਤੇ ਤੁਸੀਂ ਇਹਨਾਂ ਨੂੰ ਕੁਛ ਕਿਹਾ ਨਹੀਂ ਗਾ ਮਾਸਕ ਵਗੈਰਾ ਨੂੰ ਲੈ ਕੇ? ਤੁਸੀਂ ਆਪ ਖੁਦ ਇੱਕ ਡਾਕਟਰ ਹੋ। ਇਹਨਾਂ ਨੂੰ ਮੈਡਮ ਅਸੀਂ ਬਹੁਤ ਜ਼ਿਆਦਾ ਅਵੇਅਰ ਕਰ ਰਹੇ ਹਾਂ, ਲੋਕ ਸਮਝ ਨਹੀਂ ਰਹੇ ਗੱਲ ਹੁਣ ਜਿੱਦਾਂ ਤੁਸੀਂ ਤੁਹਾਡੇ ਆਉਣ 'ਤੇ ਇੱਦਾਂ ਕੱਟ ਹੋਇਆ ਜੀ, ਉਸ ਤੋਂ ਪਹਿਲਾਂ ਕੋਈ ਕੱਟ ਨਹੀਂ ਸੀ, ਜ਼ਿਆਦਾਤਰ ਵੀਡੀਓ ਦੇਖ ਕੇ ਹੋਇਆ ਜੀ। ਸਵੇਰ ਦਾ ਸੀ ਇੱਥੇ ਕੋਈ ਵੀ ਕੱਟ ਨਹੀਂ ਹੋਇਆ। ਨਾਕੇ ਦੇ ਵਿੱਚ ਤੁਸੀਂ ਕਿੰਨੇ ਬੰਦੇ ਖੜੇ ਹੁੰਦੇ ਉੱਥੇ? ਚਾਰ ਬੰਦੇ ਹੁੰਦੇ ਹੋ ਜੀ ਤੁਸੀਂ? ਅਸੀਂ ਥੋੜ੍ਹਾ ਥੋੜ੍ਹਾ ਟਾਈਮ ਆ, ਜਿਵੇਂ ਘੰਟਾ ਦੋ ਘੰਟੇ ਬਾਅਦ ਬੰਦੇ ਚੇਂਜ ਕਰਦੇ ਰਹਿੰਦੇ, ਜਿਵੇਂ ਜਿਸ ਹਿਸਾਬ ਨਾਲ ਗਰਮੀ ਹੈ ਕਿਸੇ ਨੇ ਚਾਹ ਪੀਣੀ ਹੁੰਦੀ ਹੈ ਜੀ, ਜੋ ਵੀ। ਨਾਕੇ ਦੀ ਟਾਈਮਿੰਗ ਤੁਹਾਡੀ ਕਿੰਨੇ ਤੋਂ ਕਿੰਨੇ ਦੀ ਹੈ? ਸਵੇਰੇ 7 ਵਜੇ ਤੋਂ ਲੈ ਕੇ, ਸੋਰੀ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7:30 ਤੱਕ ਬੈਠੇ ਜੀ। ਉਸ ਤੋਂ ਬਾਅਦ ਫਿਰ ਮਤਲਬ ਕਿ ਤੁਸੀਂ ਸਾਰੇ ਆਪਾਂ ਆਪਣੇ ਘਰ ਚਲ ਜਾਂਦੇ ਹੋ ਜੀ? ਬਾਕੀ ਦੱਸੋ, ਜੇ ਇੱਥੋਂ ਦੀ ਕੋਈ ਲੰਘਦਾ ਬਾਈ ਚਾਂਸ ਕਿਸੇ ਨੇ ਉੱਧਰਲੀ ਸਾਈਡ ਜਾਣਾ ਹੋਵੇ ਤਾਂ ਉਹਦੇ ਲਈ ਤੁਸੀਂ ਵਾਪਸ ਇੱਥੋਂ ਦੀ ਸਰ ਲੰਘਣ ਨਹੀਂ ਦਿੰਦੇ ਹੈਗੇ ਤੁਸੀਂ? ਓਕੇ। ਅਤੇ ਇਹ ਸੈਨੇਟਾਈਜ਼ਰ ਤੁਸੀਂ ਰੱਖਿਆ? ਜਿਹੜਾ ਵੀ ਬੰਦਾ ਬਾਹਰੋਂ ਆਉਂਦਾ ਹੈ ਸਾਡੇ ਪਿੰਡ ਬੰਦਾ ਆਉਂਦਾ ਹੈ ਉਹਦੇ ਸੀ ਹੱਥ ਸੈਟਰ ਦੇ ਗੱਲ ਜੀ। ਬਾਕੀ ਦਾ ਬਾਈ ਚਾਂਸ ਕਿਸੇ ਨੂੰ ਐਮਰਜੈਂਸੀ ਹੋਵੇ ਜ਼ਿਆਦਾ ਤਾਂ ਫਿਰ ਤਾਂ ਤੁਸੀਂ ਲੰਘਣ ਦਿੰਦੇ ਆਓਗੇ? ਅਤੇ ਕੋਈ ਗੌਰਮੈਂਟ ਵੱਲੋਂ ਤੁਹਾਨੂੰ ਇੱਥੇ ਫੈਸਿਲਿਟੀ ਹੋਈ ਹੈਗੀ? ਨਹੀਂ, ਗੌਰਮੈਂਟ ਵੱਲੋਂ ਕੋਈ ਗੌਰਮੈਂਟ, ਅਸੀਂ ਸਿਰਫ ਆਪਣੀ ਸੇਵਾ ਦੇ ਤੌਰ 'ਤੇ ਹੀ ਕੰਮ ਕਰ ਰਹੇ ਹਾਂ ਜੀ ਉਰੇ, ਕਿਉਂਕਿ ਸਾਡੇ ਪਿੰਡ ਦਾ ਕੰਮ ਆ ਇਹ। ਜੇ ਸਾਡੇ ਪਿੰਡ ਦਾ ਕਿਸੇ ਨੂੰ ਵੀ ਕੁਛ ਹੁੰਦਾ ਤਾਂ ਸਾਡੀ ਜ਼ਿੰਮੇਵਾਰੀ ਆ ਉਹ, ਅਸੀਂ ਸਿਰਫ ਆਪਣੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ, ਪਿੰਡ ਦੀ ਸੇਫਟੀ ਲਈ ਕੰਮ ਕਰ ਰਹੇ। ਤੇ ਤੁਹਾਡੇ ਪਿੰਡ ਵਾਸੀ ਨੇ ਜਿਹੜੇ ਤੁਹਾਡੇ ਇਹਦੇ ਵਿੱਚ ਸਹਿਯੋਗ ਦੇ ਰਹੇ ਨੇ ਜੀ? ਪੂਰਾ ਇਹ ਸਾਰੇ ਪਿੰਡ ਵਾਸੀ ਨੇ ਜੀ, ਜੀ ਅਸੀਂ ਨਗਰ ਪੰਚਾਇਤ ਵੱਲੋਂ ਇਹ ਸਾਡਾ ਪੂਰਾ ਸਹਿਯੋਗ ਦੇ ਰਹੇ ਨੇ। ਹਾਕਮ ਸਿੰਘ ਆ ਜੀ, ਜੀ ਪਿੰਡ ਆਲੋਰਖਾ ਜੀ, ਤੇ ਅਸੀਂ ਪਿੰਡ ਨੂੰ ਕਰੋਨਾ ਤੋਂ ਬਚਾਉਣ ਵਾਸਤੇ ਜੀ ਤੇ ਆਪਣੇ ਯੂਥ ਵੱਲੋਂ ਆਪਣੀ ਪੰਚਾਇਤ ਦੇ ਸਹਿਯੋਗ ਨਾਲ, ਥਾਣਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜੀ ਤੇ ਅਸੀਂ ਇਹ ਨਾਕੇ ਲਾਏ ਨੇ ਵੀ ਤਾਂ ਜੋ ਵੀ ਪਿੰਡ ਦੀ ਸੇਫਟੀ ਹੋ ਸਕੇ, ਕਰੋਨਾ ਤੋਂ ਪਿੰਡ ਨੂੰ ਸੁਰੱਖਿਅਤ ਰੱਖਿਆ ਜਾਵੇ। ਦੇਖਿਆ ਜਾ ਰਿਹਾ ਹੈਗਾ ਕਿ ਤੁਹਾਡੇ ਉੱਧਰ ਵੀ ਅਸੀਂ ਗਏ ਸੀਗੇ ਤਾਂ ਉਹਨਾਂ ਨੇ ਵੀ ਕਿਹਾ ਸੀ ਕਿ ਨਾਕੇ ਚਾਰੋਂ ਪਾਸੇ ਲੱਗੇ ਹੋਏ ਨੇਗੇ, ਤੇ ਤੁਹਾਨੂੰ ਇੱਧਰ ਆਪਣੀ ਸੇਫਟੀ ਲਈ ਕੋਈ ਸੈਨੇਟਾਈਜ਼ਰ ਵਗੈਰਾ ਕੁਛ ਰੱਖਿਆ ਹੋਇਆ ਹੈਗਾ ਜੀ? ਰੱਖਿਆ ਹੋਇਆ ਹੈਗਾ ਜੀ, ਹਾਂ ਜੀ, ਹਾਂ, ਸੈਨੇਟਾਈਜ਼ਰ ਵਗੈਰਾ ਵੀ ਹੈਗੇ ਨੇ ਜੀ ਸਾਡੇ। ਉਹ ਕਿੱਥੇ ਨੇ ਸਰ, ਦਿਖਾਓਗੇ? ਦਿਖਾ ਜੀ। ਤੇ ਬਾਕੀ ਦਾ ਇਹ ਤੁਹਾਡੀ ਇੱਧਰਲੀ ਸੜਕੀ ਤੋਂ ਕੀ ਟਾਈਮਿੰਗ ਆ? ਇਹ ਸਾਡੇ ਹੈਗੇ ਜੀ 9 ਵਜੇ ਤੋਂ ਲੈ ਕੇ ਜੀ ਜੀ ਰਾਤ ਨੂੰ 10-11 ਵਜੇ ਤੱਕ ਦਾ ਟਾਈਮ ਸਾਨੂੰ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਜੀ। 11 ਵਜੇ ਤੱਕ ਅਸੀਂ ਨੇ, ਤੁਸੀਂ ਇੱਧਰਲੀ ਸਾਈਡ ਰਾਤ ਦੇ 11 ਵਜੇ ਤੱਕ ਖੜਦੇ ਹੋ ਜੀ? ਤੇ ਉਧਰਲੀ ਸਾਈਡ ਕਿੰਨੇ ਵਜੇ ਤੱਕ ਲੱਗਦਾ ਜੀ? ਉਧਰਲੀ ਸਾਈਡ 10 ਵਜੇ ਤੱਕ ਜੀ, ਰਾਤ ਦੇ 10 ਵਜੇ ਤੱਕ, ਬਟ ਉਹ ਤਾਂ 7 ਵਜੇ ਕਰੀਬ ਕਹਿ ਰਹੇ ਸੀਗੇ ਜੀ।
ਉਹਨਾਂ ਨੂੰ ਜਿਵੇਂ ਸਰਪੰਚ ਕਹਿ ਜਿਵੇਂ ਸਰਪੰਚ ਵੱਲੋਂ ਉਹਨਾਂ ਨੂੰ ਹਦਾਇਤ ਆਉਂਦੀ ਉਦਾਂ ਕਰ ਦਿੰਦੇ ਨੇ। ਸਾਨੂੰ DSP ਸਾਹਿਬ ਨੇ, ਥਾਣਾ SHO ਸਾਹਿਬ ਨੇ ਕੱਲ ਉਹ ਸਪੈਸ਼ਲ ਸਾਡੇ ਲਵੇ ਪਹੁੰਚੇ ਜੀ, ਉਹਨਾਂ ਨੇ ਆਖਿਆ ਸੀ ਤੁਸੀਂ 10 ਰਾਤ ਨੂੰ 10-11 ਵਜੇ ਤੱਕ ਜਿੰਨਾ ਵੀ ਵੱਧ ਤੋਂ ਵੱਧ ਟਾਈਮ ਹੋ ਸਕਦਾ ਉਹਨਾਂ 'ਚ ਉਨਾ ਟਾਈਮ ਤੁਸੀਂ ਆਪਦੇ ਪਿੰਡ ਦੀ ਸੁਰੱਖਿਆ। ਤੇ ਬਾਕੀ ਦਾ ਇੱਥੇ ਜਿਹੜੇ ਤੁਸੀਂ ਇੱਥੇ ਖੜੇ ਹੁੰਦੇ ਨਾਕੇ ਤੇ ਕਿੰਨੇ ਜਣੇ ਹੋ ਜੀ? ਅਸੀਂ 5 ਬੰਦੇ ਹੁੰਦੇ ਆ ਜੀ। ਜੀ ਤੇ ਬਦਲ ਬਦਲ ਕੇ ਡਿਊਟੀ ਨਿਭਾ ਰਹੇ ਹੋ ਜਾਂ ਫਿਰ ਉਹੀ ਹੁੰਦੇ ਆਗੇ? ਨਹੀਂ ਨਹੀਂ, ਬਦਲ ਬਦਲ ਕੇ ਜੀ। ਜਿਵੇਂ ਜੀ 5 ਮੁੰਡੇ ਪਹਿਲਾਂ ਲੱਗੇ ਜੀ, 5 ਬਾਅਦ ਚ ਆਗੇ ਜੀ। ਜਿਵੇਂ ਹੁਣ ਅਸੀਂ 2 ਨੇ ਜਾਣਾ ਜੀ, 2 ਮੁੰਡੇ ਆਗੇ ਜੀ, ਅਸੀਂ ਚੱਲ ਜਾਣਾ ਜੀ, ਤੇ ਦੂਜੇ 2 ਮੁੰਡੇ ਹੋਣਗੇ ਉਹਨਾਂ ਨੂੰ ਛੱਡ ਦੇ। ਬਾਈ ਚਾਂਸ ਤੁਹਾਡੇ ਪਿੰਡ ਦੇ ਬੰਦੇ ਨੂੰ ਕੋਈ ਕੰਮ ਹੋਵੇ ਜਾਂ ਇਧਰੋਂ ਕਿਸੇ ਨੇ ਇਧਰ ਆਉਣਾ ਹੋਵੇ ਫੇਰ ਜੀ? ਅਸੀਂ ਉਹਦੀ ਮਤਲਬ ਕਿ ਸਰਪੰਚ ਵੱਲੋਂ ਮਨਜ਼ੂਰੀ ਲੈ ਜਿਹਦੇ ਪਾਸ ਬਣਿਆ ਹੋਇਆ ਉਹਨੂੰ ਪਿੰਡ ਦੇ ਵਿੱਚ ਐਂਟਰ ਹੋਣ ਦਿੱਤਾ ਜਾ ਰਿਹਾ ਜੀ, ਜਾਂ ਜੋ ਪਿੰਡ ਦੇ ਬੰਦੇ ਨੂੰ ਜੇ ਬਾਹਰ ਜਾਣਾ ਕਿਤੇ ਕੰਮ, ਜਦੋਂ ਜ਼ਿਆਦਾ ਐਮਰਜੈਂਸੀ ਆ ਜਾਂ ਕੋਈ ਬਿਮਾਰ ਆ ਉਹਨੂੰ ਅਸੀਂ ਲੰਘਾ ਸਕਦੇ ਹਾਂ ਜੀ। ਬਾਹਰਲੇ ਪਿੰਡ ਮਤਲਬ ਕਿ ਕਿਸੇ ਨੂੰ ਵੀ ਅਸੀਂ ਪਿੰਡ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ। ਬਾਹਰਲੇ ਪਿੰਡ ਦਾ ਮਤਲਬ ਕਿ ਜੇ ਕਿਸੇ ਨੇ ਇਧਰੋਂ ਦੀ ਤੁਹਾਡੇ ਪਿੰਡ ਦਾ ਰਾਸਤਾ ਇਧਰਲੀ ਸਾਈਡ ਜਾਂਦਾ ਹੋਵੇ ਕਿਸੇ ਨੇ ਜਾਣਾ ਹੋਵੇ ਤਾਂ ਫਿਰ ਉਹਨਾਂ ਨੂੰ ਵੀ ਨਹੀਂ ਲੰਘਣ ਦਿੰਦੇ ਤੁਸੀਂ? ਉਹਨਾਂ ਨੂੰ ਵੀ ਲੰਘਣ ਦਿੰਦੇ ਜੀ। ਜਿਵੇਂ ਜਾਂ ਕੋਈ ਜਾਂ ਜੌਲੀਆਂ ਦਾ ਜਾਂ ਦਿਆਲਪੁਰੇ ਦਾ ਜਾਂ ਇਧਰ ਦੀ ਕੋਈ ਐਂਟਰੀ ਕਰਦਾ ਤਾਂ ਅਸੀਂ ਬਿਲਕੁਲ ਨਹੀਂ ਲੰਘਣ ਦਿੰਦੇ ਜੀ। ਜੀ ਹਾਂਜੀ। ਤੇ ਉਹ ਪਿੱਛੇ ਆ ਰਹੇ ਨੇ ਜੀ? ਹਾਂਜੀ, ਇਹ ਸਰਪੰਚ ਸਾਹਿਬ ਨੇ ਜੀ, ਸਾਡੇ ਪਿੰਡ ਦੇ ਸਾਬਕਾ ਸਰਪੰਚ ਨੇ ਜੀ। ਓਕੇ, ਠੀਕ ਹੈ।